ਤਾਂ ਇਹ ਤਸਵੀਰਾਂ ਲੁਧਿਆਣਾ ਦੇ ਕੁੰਦਨਪੁਰੀ ਸਿਵਲ ਲਾਈਨਸ ਇਲਾਕੇ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਲੋਹੜੀ ਦੀ ਰਾਤ ਨੂੰ ਇਹ ਚੋਰ ਆਉਂਦੇ ਨੇ। ਐਕਟਿਵਾ ਤੇ ਆਏ ਚੋਰ ਈ ਰਿਕਸ਼ਾ ਵਾਲਿਆਂ ਨੂੰ ਘਾਟਾ ਪਾ ਜਾਂਦੇ ਨੇ। ਦੇਖੋ ਕਿਵੇਂ ਈ ਰਿਕਸ਼ਾ ਦਾ ਜਿਹੜਾ ਪਿਛਲਾ ਹਿੱਸਾ ਹੁੰਦਾ ਹੈ ਉਸਨੂੰ ਬੜੇ ਆਰਾਮ ਦੇ ਨਾਲ ਖੋਲ੍ਹ ਕੇ ਈ ਰਿਕਸ਼ਾ ਦੀ ਬੈਟਰੀ ਕੱਢ ਕੇ ਲੈ ਜਾਂਦੇ ਨੇ। ਤਾਂ ਘਰਾਂ ਤੋਂ ਬਾਹਰ ਈ ਰਿਕਸ਼ਾ ਖੜਾਉਣ ਵਾਲੇ, ਈ ਰਿਕਸ਼ਾ ਪਾਰਕ ਕਰਨ ਵਾਲੇ ਜ਼ਰੂਰ ਦੇਖਣ ਇਹ ਖਬਰ। ਦੇਖੋ ਕਿਵੇਂ ਹੁਣ ਗੱਡੀਆਂ ਮੋਟਰਸਾਈਕਲਾਂ ਤੋਂ ਬਾਅਦ ਇਹ ਚੋਰ ਈ ਰਿਕਸ਼ੇ ਵੱਲ ਹੋ ਪਏ ਨੇ, ਕਿਉਂਕਿ ਈ ਰਿਕਸ਼ੇ ਦੀ ਬੈਟਰੀ ਦੇਖੋ ਕਿੰਨੀ ਆਸਾਨੀ ਦੇ ਨਾਲ ਇਸਨੇ ਕੱਢ ਲਈ। ਨੇੜੇ ਲੱਗੇ CCTV ਕੈਮਰਿਆਂ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਜਾਂਦੀ ਹੈ। ਇਹ ਦੋ ਚੋਰ ਨੇ ਐਕਟਿਵਾ 'ਤੇ ਆਉਂਦੇ ਨੇ ਅਤੇ ਬੜੀ ਆਸਾਨੀ ਦੇ ਨਾਲ ਈ ਰਿਕਸ਼ਾ ਜਿਹੜਾ ਗਲੀ ਦੇ ਵਿੱਚ ਖੜਿਆ ਹੁੰਦਾ ਹੈ ਉਸਦੀ ਬੈਟਰੀਆਂ ਕੱਢ ਕੇ ਲੈ ਜਾਂਦੇ ਨੇ। ਤਾਂ ਗਰੀਬ ਮਾਰ ਦੇਖੋ ਕਿਵੇਂ ਕਰ ਰਹੇ ਨੇ ਇਹ। ਇੱਕ ਗਰੀਬ ਸ਼ਖਸ ਜੋ ਕਿ ਕਿਸ਼ਤਾਂ ਭਰ ਕੇ ਜਿਸਦੇ ਵੱਲੋਂ ਇਹ ਈ ਰਿਕਸ਼ਾ ਖਰੀਦਿਆ ਗਿਆ ਸੀ, ਇਸੇ ਈ ਰਿਕਸ਼ੇ ਦੇ ਨਾਲ ਉਸਦੀ ਰੋਜ਼ੀ ਰੋਟੀ ਚੱਲਦੀ ਸੀ। ਇਹ ਚੋਰ ਉਸ ਗਰੀਬ ਸ਼ਖਸ ਦੇ ਈ ਰਿਕਸ਼ੇ ਦੇ ਵਿੱਚੋਂ ਬੈਟਰੀਆਂ ਚੋਰੀ ਕਰਕੇ ਲੈ ਗਿਆ ਏ। ਤਾਂ ਦੇਖੋ ਇਹ ਤਸਵੀਰਾਂ ਜੋ ਲੁਧਿਆਣਾ ਦੇ ਕੁੰਦਨਪੁਰੀ ਇਲਾਕੇ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇਹਨਾਂ ਚੋਰਾਂ ਨੇ ਐਡਾ ਘਟੀਆ ਕੰਮ ਕੀਤਾ ਏ। ਤਾਂ ਇਹ ਤਸਵੀਰਾਂ ਲੁਧਿਆਣਾ ਦੇ ਕੁੰਦਨਪੁਰੀ ਸਿਵਲ ਲਾਈਨਸ ਇਲਾਕੇ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਲੋਹੜੀ ਦੀ ਰਾਤ ਨੂੰ ਇਹ ਚੋਰ ਆਉਂਦੇ ਨੇ। ਐਕਟਿਵਾ 'ਤੇ ਆਏ ਚੋਰ ਈ ਰਿਕਸ਼ਾ ਵਾਲਿਆਂ ਨੂੰ ਘਾਟਾ ਪਾ ਜਾਂਦੇ ਨੇ। ਦੇਖੋ ਕਿਵੇਂ ਈ ਰਿਕਸ਼ਾ ਦਾ ਜਿਹੜਾ ਪਿਛਲਾ ਹਿੱਸਾ ਹੁੰਦਾ ਹੈ ਉਸਨੂੰ ਬੜੇ ਆਰਾਮ ਦੇ ਨਾਲ ਖੋਲ੍ਹ ਕੇ ਈ ਰਿਕਸ਼ਾ ਦੀ ਬੈਟਰੀ ਕੱਢ ਕੇ ਲੈ ਜਾਂਦੇ ਨੇ। ਤਾਂ ਘਰਾਂ ਤੋਂ ਬਾਹਰ ਈ ਰਿਕਸ਼ਾ ਖੜਾਉਣ ਵਾਲੇ, ਈ ਰਿਕਸ਼ਾ ਪਾਰਕ ਕਰਨ ਵਾਲੇ ਜ਼ਰੂਰ ਦੇਖਣ ਇਹ ਖਬਰ। ਦੇਖੋ ਕਿਵੇਂ ਹੁਣ ਗੱਡੀਆਂ ਮੋਟਰਸਾਈਕਲਾਂ ਤੋਂ ਬਾਅਦ ਇਹ ਚੋਰ ਈ ਰਿਕਸ਼ੇ ਵੱਲ ਹੋ ਪਏ ਨੇ, ਕਿਉਂਕਿ ਈ ਰਿਕਸ਼ੇ ਦੀ ਬੈਟਰੀ ਦੇਖੋ ਕਿੰਨੀ ਆਸਾਨੀ ਦੇ ਨਾਲ ਇਸਨੇ ਕੱਢ ਲਈ। ਨੇੜੇ ਲੱਗੇ CCTV ਕੈਮਰਿਆਂ ਦੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਜਾਂਦੀ ਹੈ। ਇਹ ਦੋ ਚੋਰ ਨੇ ਐਕਟਿਵਾ 'ਤੇ ਆਉਂਦੇ ਨੇ ਅਤੇ ਬੜੀ ਆਸਾਨੀ ਦੇ ਨਾਲ ਈ ਰਿਕਸ਼ਾ ਜਿਹੜਾ ਗਲੀ ਦੇ ਵਿੱਚ ਖੜਿਆ ਹੁੰਦਾ ਹੈ ਉਸਦੀ ਬੈਟਰੀਆਂ ਕੱਢ ਕੇ ਲੈ ਜਾਂਦੇ ਨੇ। ਤਾਂ ਗਰੀਬ ਮਾਰ ਦੇਖੋ ਕਿਵੇਂ ਕਰ ਰਹੇ ਨੇ ਇਹ। ਇੱਕ ਗਰੀਬ ਸ਼ਖਸ ਜੋ ਕਿ ਕਿਸ਼ਤਾਂ ਭਰ ਕੇ ਜਿਸਦੇ ਵੱਲੋਂ ਇਹ ਈ ਰਿਕਸ਼ਾ ਖਰੀਦਿਆ ਗਿਆ ਸੀ, ਇਸੇ ਈ ਰਿਕਸ਼ੇ ਦੇ ਨਾਲ ਉਸਦੀ ਰੋਜ਼ੀ ਰੋਟੀ ਚੱਲਦੀ ਸੀ। ਇਹ ਚੋਰ ਉਸ ਗਰੀਬ ਸ਼ਖਸ ਦੇ ਈ ਰਿਕਸ਼ੇ ਦੇ ਵਿੱਚੋਂ ਬੈਟਰੀਆਂ ਚੋਰੀ ਕਰਕੇ ਲੈ ਗਿਆ ਏ। ਤਾਂ ਦੇਖੋ ਇਹ ਤਸਵੀਰਾਂ ਜੋ ਲੁਧਿਆਣਾ ਦੇ ਕੁੰਦਨਪੁਰੀ ਇਲਾਕੇ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਇਹਨਾਂ ਚੋਰਾਂ ਨੇ ਐਡਾ ਘਟੀਆ ਕੰਮ ਕੀਤਾ ਏ।